अस्सलाम वालेकुम मेरे दोस्तों, मेरे वालों बहुत बहुत खुश आमदीद। अज मैं तुहानू एक ऐसे मुल्क की सैर करवावांगा जिहड़ा रकबे ते पापुलेशन वालों बहुत छोटा है। यह मुल्क समुंदर के बिल्कुल विचकार कलम कला मुल्क है, तुसी इहनू जजीरा भी कह सकते हो। यह मुल्क बरतानिया की टैरिटरी है ते इहदे उत्ते उहनां दी हुकूमत चलती है। चलो हुण मैं तुहानू दस ही देना वा कि उहदा नां केमैन आईलैंड है। तो फिर पिछली रवायत के मुताबिक नवे वेखण वाले मेरे यूट्यूब चैनल सतरंगी दुनिया पंजाबी नू सबसक्राइब कर लो, ताकि मैं राशिद भट्ट ताडे लई नित नवे मुल्क की सैर का बंदोबस्त करता रहा। केमैन आईलैंड 1670 तो बरतानिया के अंडर है। 4 जुलाई 1959 एक अलहदा मुल्क की हैसियत नाल वजूद आया। 6 अगस्त 1962 जमायका तो अलग हो गया। जॉर्जटाउन एदा सब तो वड्डा शहर ते कैपिटल है। जॉर्जटाउन की आबादी 34,878 है। एदे साहलां ते चलदे हुए क्रूज काबले दीद ने। एदी स्ट्रीट लाइफ भी बहुत खूबसूरत है। इतों की कौमी जुबान इंग्लिश है, जिन्हों ब्रिटिश इंग्लिश भी कहते हैं। इतने 40% मुख्तलिफ नस्लों के लोग, 20% काले लोग, 20% चिट्टे लोग, 20% एशियन लोग रहते हैं। इतों का रकबा 264 किलोमीटर है। इतों की आबादी 68,076 है। केमैन आईलैंड की फीकस आमदनी 2018 के मुताबिक $70,956 है, जिहड़ी दुनिया च 7वें नंबर से आती है। इतों की करंसी केमैन आईलैंड्स डॉलर है, जड़ी के एक केमैन आइसलैंड डॉलर बराबर है 196.02 रुपये पाकिस्तानी रुपया दे। ड्राइविंग लेफ्ट राइट से चलती है पाकिस्तान की तरह। इतों का डायलिंग कोड +1 -345 है। केमैन आईलैंड ब्रिटिश ओवरसीज टेरिटरी है ते यह वेस्टर्न करीबियन सी ते वाकया है। यह 3 हिस्सों ते मुश्तमिल है, जिन्हों के ना आईलैंड्स ऑफ ग्रैंड केमैन, केमैन ब्राक ते लिटल केमैन ने। जॉर्जटाउन एदा कैपिटल है, जिहड़ा इन्हां चों सब तो वध पॉपुलर है। यह इलाका ऑफशोर कंपनियां ते काले धन वास्ते एक जन्नत तो कट नहीं। क्रिस्टोफर कोलंबस ने 10 मई 1503 नूं अपने अमरीका दे आखरी सफर दे विच केमैन आईलैंड नूं दरियाफ्त किया। कोलंबस ने इत्थे कछू कौमियां दी बहुत सारी तादाद की वजह तो इहदा नां लास टोर्टुगास रखिया। बहुत सारे लोग इत्थे आबाद होए, जिन्हों चों कुछ पायरेट्स, शिपरैक्ट सेलर्स ते कुछ डेजर्टर्स सन।
ਬਰਤਾਨੀਆ ਨੇ 1670 ਦੇ ਮੈਡ੍ਰਿਡ ਦੇ ਮੁਆਹਦੇ ਦੇ ਮੁਤਾਬਕ ਜਮਾਇਕਾ ਦੇ ਨਾਲ ਨਾਲ ਕੇਮਨ ਦਾ ਕੰਟਰੋਲ ਵੀ ਸੰਭਾਲਿਆ। 1802 ਦੇ ਮੁਤਾਬਕ ਇੱਥੋਂ ਦੀ ਆਬਾਦੀ 933 ਸੀ, ਜਿਹਦੇ 'ਚ 545 ਗੁਲਾਮ ਵੀ ਇਸ ਗਿਣਤੀ 'ਚ ਸ਼ਾਮਿਲ ਸਨ। 1833 ਵਿੱਚ ਇੱਥੇ ਗੁਲਾਮੀ ਖਤਮ ਕਰ ਦਿੱਤੀ ਗਈ। 23 ਜੂਨ 1863 ਨੂੰ ਇਹ ਕਰਾਊਨ ਕਲੋਨੀ ਆਫ ਜਮਾਇਕਾ ਕਰਾਰ ਦਿੱਤਾ ਗਿਆ। 1962 ਜਦੋਂ ਤੱਕ ਜਮਾਇਕਾ ਨੂੰ ਆਜ਼ਾਦੀ ਮਿਲੀ ਇਹ ਇਕੱਠੇ ਰਹੇ। 8 ਫਰਵਰੀ 1794 ਨੂੰ ਕੈਮੈਨੀਅਨਸ ਨੇ 10 ਕਾਰੋਬਾਰੀਆਂ ਦੇ ਸ਼ਿਪ ਨੂੰ ਡੁੱਬਣ ਤੋਂ ਬਚਾਇਆ, ਜਿਹਦੇ 'ਚ ਕੁਝ ਰੋਇਲ ਫੈਮਿਲੀ ਦੇ ਮੈਂਬਰ ਵੀ ਸਨ। ਇਹਦੇ ਰਿਵਾਰਡ ਵਿੱਚ ਤਾਜੇ ਬਰਤਾਨੀਆ ਵੱਲੋਂ ਟੈਕਸ ਖਤਮ ਕਰ ਦਿੱਤਾ ਗਿਆ ਅਤੇ ਅੱਜ ਤੱਕ ਇਹ ਟੈਕਸ ਹੈਵਨ ਹੈ। 1950 ਵਿੱਚ ਏਅਰਪੋਰਟ ਬਣਨ ਦੀ ਵਜ੍ਹਾ ਤੋਂ ਇੱਥੇ ਸੈਰ ਸਪਾਟੇ ਦੀਆਂ ਰਾਹਾਂ ਖੁੱਲ੍ਹੀਆਂ। ਸਿਆਹਤ ਅਤੇ ਕਾਲੇ ਧਨ ਦੀ ਵਜ੍ਹਾ ਨਾਲ ਅਤੇ ਨਾਲੇ ਟੈਕਸ ਦੀ ਛੂਟ ਦੀ ਵਜ੍ਹਾ ਤੋਂ ਇਹ ਲੋਕਾਂ ਵਾਸਤੇ ਇੱਕ ਜੰਨਤ ਬਣ ਗਿਆ। 11 ਸਤੰਬਰ 2004 ਦੇ ਵਿੱਚ ਬਹੁਤ ਵੱਡੇ ਸਮੁੰਦਰੀ ਤੂਫਾਨ ਆਏ। 8 ਫੁੱਟ ਵੱਡੀਆਂ ਲਹਿਰਾਂ ਨੇ ਹਰ ਪਾਸੇ ਤਬਾਹੀ ਫੈਲਾ ਦਿੱਤੀ, ਜਿਹਦੀ ਵਜ੍ਹਾ ਤੋਂ 83% ਇਮਾਰਤਾਂ ਤਬਾਹ ਹੋਈਆਂ, ਜਿਨ੍ਹਾਂ ਨੂੰ ਬਣਾਉਣ ਵਾਸਤੇ 2 ਸਾਲ ਲੱਗ ਗਏ। ਇੱਥੇ ਚਮਗਾਦੜਾਂ ਦੀ ਕਾਫ਼ੀ ਜ਼ਿਆਦਾ ਤਾਦਾਦ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਤੋਤੇ, ਤਿੱਤਲੀਆਂ ਅਤੇ ਹੋਰ ਕਿਸਮ ਦੇ ਜਾਨਵਰ ਵੀ ਬੜੀ ਤਾਦਾਦ 'ਚ ਮੌਜੂਦ ਨੇ। ਇੱਥੇ ਕਾਫ਼ੀ ਤਾਦਾਦ ਦੇ ਵਿੱਚ ਮਗਰਮੱਛ ਵੀ ਨੇ ਅਤੇ ਕੇਮੈਨ ਦਾ ਨਾਂ ਵੀ ਮਗਰਮੱਛ ਦੇ ਨਾਂ ਤੋਂ ਹੀ ਕੱਢਿਆ ਗਿਆ ਹੈ। ਮਈ ਤੋਂ ਅਕਤੂਬਰ ਬਾਰਿਸ਼ਾਂ ਵਾਲਾ ਮੌਸਮ ਹੁੰਦਾ ਹੈ, ਨਵੰਬਰ ਤੋਂ ਅਪ੍ਰੈਲ ਮੌਸਮ ਖੁਸ਼ਕ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਜੂਨ ਤੋਂ ਨਵੰਬਰ ਸਮੁੰਦਰੀ ਤੂਫਾਨ ਵੀ ਆਉਂਦੇ ਨੇ। ਇੱਥੋਂ ਦੇ ਇਲਾਕਿਆਂ ਦੀ ਆਬਾਦੀ ਕੁਝ ਇਸ ਤਰ੍ਹਾਂ ਹੈ। ਜੋਰਜਟਾਊਨ 34,878, ਵੈਸਟ ਬੇ 12,624, ਬੋਰਡਨਟਾਊਨ 12,659, ਨੌਰਥ ਸਾਈਡ 1,678 ਅਤੇ ਈਸਟ ਐਂਡ 1,989 ਬੰਦੇ। ਸਕੂਬਾ ਡਾਈਵਿੰਗ ਕੇਮੈਨ ਆਈਲੈਂਡ ਦੇ ਬਿਹਤਰੀਨ ਮਸ਼ਕਲਾਂ 'ਚੋਂ ਇੱਕ ਖੂਬਸੂਰਤ ਮਸ਼ਕਲਾ ਹੈ। ਸਕੂਬਾ ਡਾਈਵਰਸ ਨੀਲੇ ਸ਼ਿਫਾਫ ਪਾਣੀ 'ਚ ਉਤਰ ਕੇ ਸਮੁੰਦਰੀ ਮਹਿਲੂਕ ਦੇ ਮੁਸ਼ਾਹਦੇ ਕਰਦੇ ਨੇ। ਇੱਥੇ ਸਮੁੰਦਰ ਦੇ ਅੰਦਰ ਤਬਾਹ ਹੋਣ ਵਾਲੇ ਬਹਿਰੀ ਜਹਾਜ਼ਾਂ ਦੇ ਡੁੱਬੇ ਹੋਏ ਹਿੱਸੇ ਵੀ ਮਿਲ ਜਾਣਗੇ, ਜਿਹੜੇ ਕਿ ਬਹੁਤ ਪੁਰ ਇਸਰਾਰ ਨੇ। ਅੰਦਰ ਵੱਡੇ ਵੱਡੇ ਟਰਟਲਸ ਵੀ ਨਜ਼ਰ ਆਉਂਦੇ ਨੇ ਅਤੇ ਪਾਣੀ ਦੇ ਅੰਦਰ ਕੁਝ ਅਜੀਬੋ ਗਰੀਬ ਟਰਟਲਸ ਵੀ ਨੇ। ਸੈਵਨ ਮਾਈਲਸ ਬੀਚ ਕੇਮੈਨ ਦੀ ਮਰਕਜ਼ੀ ਅਟਰੈਕਸ਼ਨ ਹੈ। ਸੈਰ ਦੇ ਸ਼ੌਕੀਨ ਇੱਥੇ ਆਪਣਾ ਹਰ ਸ਼ੌਕ ਪੂਰਾ ਕਰਦੇ ਨੇ। ਇਹ ਇੱਥੋਂ ਦੀ ਸਭ ਤੋਂ ਵੱਡੀ ਬੀਚ ਹੈ, ਜਿਸਦੀ ਲੰਬਾਈ 7 ਕਿਲੋਮੀਟਰ ਹੈ। ਸਿਟੀ ਗ੍ਰੈਂਡ ਕੇਮੈਨ 1980 ਵਿੱਚ ਸ਼ੁਰੂ ਹੋਇਆ, ਜਦੋਂ ਲੋਕਾਂ ਨੇ ਇਹਨਾਂ ਨੂੰ ਫੀਡ ਦੇਣੀ ਸ਼ੁਰੂ ਕੀਤੀ। ਲੋਕ ਪਾਣੀ ਦੇ ਅੰਦਰ ਇਹਨਾਂ ਨਾਲ ਕਾਫੀ ਸ਼ੁਗਲ ਕਰਦੇ ਨੇ।
ਸਨੋਰਕਲਿੰਗ ਦੇ ਸ਼ੌਕੀਨ ਘੱਟ ਪਾਣੀ ਦੇ ਅੰਦਰ ਆਕਸੀਜਨ ਮਾਸਕਸ ਪਾ ਕੇ ਐਂਜੋਏ ਕਰਦੇ ਨਜ਼ਰ ਆਣਗੇ। ਕ੍ਰਿਸਟਲ ਕੇਵਸ ਇਹ 5 ਮਿਲੀਅਨ ਸਾਲ ਪੁਰਾਣੀਆਂ, ਇਹਨਾਂ ਨੂੰ ਵੇਖ ਕੇ ਇੱਕ ਸਹਿਰ ਜਿਹਾ ਤਾਰੀ ਹੋ ਜਾਂਦਾ ਹੈ। ਇਹਨਾਂ ਦੀ ਤਾਦਾਦ ਲਗਭਗ 105 ਹੈ। ਕੈਰੇਬੀਅਨ ਬੀਚ ਇੱਕ ਦਿਲਕਸ਼ ਬੀਚ ਹੈ ਜਿੱਥੇ ਇੰਜੋਇਮੈਂਟ ਦੀ ਹਰ ਸ਼ੈ ਮੌਜੂਦ ਹੈ। ਹਾਰਸਬੈਕ ਰਾਈਡਿੰਗ ਇੱਕ ਅਨੋਖਾ ਸ਼ੌਕ। ਲੋਕ ਘੋੜੇ ਦੀ ਪਿੱਠ 'ਤੇ ਬਹਿ ਕੇ ਸਾਹਿਲ ਤੋਂ ਹੁੰਦੇ ਹੋਏ ਪਾਣੀ ਦੇ ਅੰਦਰ ਚਲੇ ਜਾਂਦੇ ਨੇ ਅਤੇ ਆਪਣੀ ਥ੍ਰਿਲ ਪੂਰੀ ਕਰਦੇ ਨੇ। ਰੋਇਲ ਪਾਮ ਬੀਚ ਤੋਂ ਬੀਚ ਦਾ ਨਜ਼ਾਰਾ, ਰੰਗ ਬਿਰੰਗੇ ਖਾਣੇ ਅਤੇ ਨਾਲੇ ਮਿਊਜ਼ਿਕ ਦਾ ਤੜਕਾ ਤੁਹਾਡੇ ਟੂਰ ਨੂੰ 4 ਚੰਨ ਲਾ ਦੇਗਾ। ਜੌਨੀ ਦੇ ਰੰਗ ਬਿਰੰਗੇ ਟ੍ਰਿਕਸ ਤੁਹਾਡੇ ਖਾਣੇ ਦੇ ਲੁਤਫ ਨੂੰ ਦੁਬਾਲਾ ਕਰ ਦੇਣਗੇ। The Queen Elizabeth II's Botanic Park ਵਿੱਚ ਬਹੁਤ ਸਾਰੇ ਫੁੱਲ ਪੌਦੇ ਅਤੇ ਹੋਰ ਵੀ ਬਹੁਤ ਕੁਝ ਹੈ। ਪਾਇਰੇਟਸ ਦਾ ਹਫ਼ਤਾ 11 ਨਵੰਬਰ 1977 ਤੋਂ ਸ਼ੁਰੂ ਹੋਇਆ, ਜਦੋਂ ਇਹ ਮਹਿਸੂਸ ਕੀਤਾ ਗਿਆ ਕਿ ਟੂਰਿਜ਼ਮ ਸਲੋ ਹੋ ਗਿਆ ਹੈ। ਮੈਡੀਕਲ ਸਿਟੀ 'ਚ ਲੋਕਲ ਅਤੇ ਦੂਸਰੇ ਮੁਲਕਾਂ ਦੇ ਮਰੀਜ਼ਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ।
ਇੱਥੇ ਲੇਬਰ ਘੱਟ ਹੈ ਅਤੇ ਗੈਰ ਮੁਲਕੀਆਂ ਨੂੰ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ। ਇਸ ਟਾਈਮ ਵੀ ਇੱਥੇ 21,000 ਗੈਰ ਮੁਲਕੀ ਵਰਕ ਪਰਮਿਟ 'ਤੇ ਕੰਮ ਕਰਦੇ ਪਏ ਨੇ, ਪਰ ਪੁਲਿਸ ਇਨਕੁਆਇਰੀ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਤੋਂ ਬਗੈਰ ਇਹ ਮੁਮਕਿਨ ਨਹੀਂ। ਫੁੱਟਬਾਲ ਖੇਡੀ ਜਾਂਦੀ ਹੈ ਅਤੇ ਫੀਫਾ ਵਰਲਡ ਕੱਪ ਦੀ ਨੁਮਾਇੰਦਗੀ ਵੀ ਕੀਤੀ ਜਾਂਦੀ ਹੈ। ਬਾਸਕਿਟਬਾਲ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਫਸਟ ਕਲਾਸ ਲੈਵਲ 'ਤੇ ਕ੍ਰਿਕਟ ਵੀ ਖੇਡੀ ਜਾਂਦੀ ਹੈ। ਸਕੁਐਸ਼ ਕਲੱਬ ਦੀ ਮੌਜੂਦਗੀ ਇਹਦੀ ਪਾਪੂਲੈਰਿਟੀ ਦਾ ਮੂੰਹ ਬੋਲਦਾ ਸਬੂਤ ਹੈ। ਦੋਸਤੋ, ਮੈਂ ਅੱਜ ਤੁਹਾਨੂੰ ਇੱਕ ਐਸੇ ਮੁਲਕ ਦੀ ਸੈਰ ਕਰਵਾਈ ਹੈ ਜਿਹੜਾ ਸਮੁੰਦਰ ਦੇ ਵਿੱਚ ਹੈ ਅਤੇ ਉਹਦੀਆਂ ਲਹਿਰਾਂ ਦੇ ਰਹਿਮੋ ਕਰਮ 'ਤੇ ਹੈ। ਮੈਂ ਅੱਗੋਂ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਨਿੱਤ ਨਵੀਂ ਜਗ੍ਹਾ ਦੀ ਸੈਰ ਕਰਾਵਾਂ। ਫਿਰ ਜੇ ਤੁਸੀਂ ਅੱਜ ਤੱਕ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੇਰ ਕਰਦੀ ਹੈ, ਹੁਣੇ ਸਬਸਕ੍ਰਾਈਬ 'ਤੇ ਕਲਿੱਕ ਕਰਕੇ ਆਪਣੀ ਦੋਸਤੀ ਦਾ ਸਬੂਤ ਪੇਸ਼ ਕਰੋ। ਮੈਂ ਚੱਲਣਾ ਵਾਂ, ਕਿਉਂਕਿ ਮੈਂ ਅੱਜ ਨਵੀਂ ਵੀਡੀਓ ਬਣਾਉਣ ਤੋਂ ਪਹਿਲੇ ਤੁਹਾਡੇ ਸਬਸਕ੍ਰਾਈਬ ਕਿੰਨੇ ਜੇ ਲਓ। ਫਿਰ ਅੱਲਾ ਬੇਲੀ।